ਬਰਨਾਲਾ ਜ਼ਿਲ੍ਹੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਭਦੌੜ ਦੇ ਵਿਹੜੇ ਵਿੱਚ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਸਕੂਲ ਸਟਾਫ, ਟਰੱਸਟੀ ਸਹਿਬਾਨਾਂ ਅਤੇ ਪ੍ਰਿੰਸੀਪਲ ਸਾਹਿਬ ਦੇ ਉੱਦਮ ਸਦਕਾ ਕਰਵਾਏ ਗਏ ਸਮਾਰੋਹ ਵਿੱਚ IPS ਸਰਦਾਰ ਗੁਰਮੀਤ ਸਿੰਘ ਚੌਹਾਨ ਮੁੱਖ ਮਹਿਮਾਨ ਵਜੋਂ ਪੁੱਜੇ, ਜਿਨ੍ਹਾਂ ਦਾ ਸਮੁੱਚੇ ਪ੍ਰਬੰਧਕਾਂ ਨੇ ਭਰਵਾਂ ਸਵਾਗਤ ਕੀਤਾ। ਸਮਾਰੋਹ ਦੀ ਸ਼ੁਰੂਆਤ ਜੋਤੀ ਪ੍ਰਚੰਡ ਕਰਕੇ ਕੀਤੀ ਗਈ। ਉਪਰੰਤ ਬੱਚਿਆਂ ਵੱਲੋਂ ਸ਼ਬਦ ਗਾਇਨ, ਸਕਿੱਟ, ਕੋਰੀਓਗ੍ਰਾਫੀ, ਗਿੱਧਾ, ਭੰਗੜਾ ਆਈਟਮਾਂ ਪੇਸ਼ ਕੀਤੀਆਂ ਗਈਆਂ, ਜਿਨ੍ਹਾਂ ਦਾ ਆਏ ਮਹਿਮਾਨਾਂ, ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਨੇ ਖੂਬ ਆਨੰਦ ਮਾਣਿਆ। To the left, pom-poms to the right.
भर में इकट्ठ नूं संबोधन हुंदिआं IPS सरदार गुरमीत सिंह चौहान ने कहा कि बच्चों के उज्जले भविख लई उन्हां दे मापे वध तों वध ध्यान देण। तुसीं देखिआ होणा कदे इक मुर्गी दे छोटे बच्चे ने तां मुर्गी जदों उपरों बाज नूं देखदी है तां उहनां नूं इक बोली नाल समझाउंदी है ते फटाफट उहनां नूं कह दिंदी है वी इह मेरे थल्ले आ जाओ लुक जाओ मेरे कोल आ के। जिहड़े बच्चे छोटे चूचे जिहड़े पासे रहि जांदे है उहनां नूं बाज चुक के लै जांदा। सो इह इक बहुत वड्डा मैं समझदा इक मैसेज है कि जिहड़े मां बाप ने टीचर्स ने साडा इह रोल यही है कि असीं अपने बच्चों नूं असीं इन्ने काबल बना दईए कि वह बुरे भले की चंगे माड़े की पहचान कर पाउण। ਪੁੱਜੀਆਂ ਸ਼ਖਸੀਅਤਾਂ ਅਤੇ ਪੜ੍ਹਾਈ ਵਿੱਚ ਅੱਬਰ ਰਹੇ ਬੱਚਿਆਂ ਦਾ ਸਕੂਲ ਸਟਾਫ ਵੱਲੋਂ ਵਿਸ਼ੇਸ਼ ਤੌਰ 'ਤੇ ਸਨਮਾਨ ਵੀ ਕੀਤਾ ਗਿਆ। ਸਾਡੇ ਰਿਪੋਰਟਰ ਗੌਰਵ ਗਰਗ ਸ਼ੇਰਪੁਰ ਨਾਲ ਗੱਲਬਾਤ ਕਰਦਿਆਂ MD ਸਰਦਾਰ ਰਣਪ੍ਰੀਤ ਸਿੰਘ, ਟਰੱਸਟੀ ਬਾਬਾ ਹਕਮ ਸਿੰਘ ਜੀ ਗੰਡਾ ਸਿੰਘ ਵਾਲਾ, ਪ੍ਰਿੰਸੀਪਲ ਸ਼੍ਰੀ ਜੋਸ਼ੀ ਜੋਸਫ ਨੇ ਸਾਰਿਆਂ ਦਾ ਧੰਨਵਾਦ ਕੀਤਾ। ਸਾਡੇ ਸਕੂਲ ਦੇ ਚੇਅਰਮੈਨ ਮਹੰਤ ਸਰਜੀਤ ਸਿੰਘ, ਟਰੱਸਟੀ ਸਾਹਿਬਾਨ, ਸਾਰਿਆਂ ਦਾ ਸਕੂਲ 'ਚ ਆਉਣ 'ਤੇ ਬਹੁਤ ਧੰਨਵਾਦ ਕਰਦੇ ਹਾਂ। ਇਹ ਪ੍ਰੋਗਰਾਮ ਸਾਡੇ ਸਕੂਲ ਦੇ ਬੱਚਿਆਂ ਦਾ ਜੋ ਕਿ ਪੜ੍ਹਾਈ ਦੇ ਵਿੱਚ ਚੰਗੇ ਨੰਬਰ ਲਏ ਉਹਨਾਂ ਨੂੰ ਇਨਾਮ ਦਿੱਤੇ ਗਏ, ਸਪੋਰਟਸ ਦੇ ਵਿੱਚ ਅੱਛੀਆਂ ਅਚੀਵਮੈਂਟ ਲਈਆਂ ਗਈਆਂ ਉਹਨਾਂ ਨੂੰ ਇਨਾਮ ਦਿੱਤੇ ਗਏ, ਅਤੇ ਜਿਹੜੇ ਸਾਇੰਸ ਜਾਂ ਹੋਰ ਰਿਪੋਰਟਾਂ ਦੇ ਵਿੱਚ ਸੀ ਉਹਨਾਂ ਨੂੰ ਇਨਾਮ ਦਿੱਤੇ ਗਏ। ਸੋ ਅਸੀਂ ਸਕੂਲ ਦੇ ਵਿੱਚ ਆਉਣ 'ਤੇ ਮਾਪਿਆਂ ਦਾ ਅਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ। ਬਾਬਾ ਗੰਦਾ ਸਿੰਘ ਪਬਲਿਕ ਸਕੂਲ ਭਦੌੜ ਦੀ 10ਵਾਂ ਜਿਹੜੀ ਐਨੂਅਲ ਫੰਕਸ਼ਨ ਹੈ ਉਹ ਬੜੀ ਉਤਸ਼ਾਹ ਨਾਲ ਸਾਡੇ ਸਕੂਲ ਦੇ ਬੱਚਿਆਂ ਵੱਲੋਂ ਬਹੁਤ ਹੀ ਯੋਗਤਾ ਦੇ ਨਾਲ ਮਨਾਇਆ ਜਾ ਰਿਹਾ। ਅੱਜ ਇਸ ਫੰਕਸ਼ਨ ਦੇ ਚੀਫ ਗੈਸਟ ਸਰਦਾਰ ਗੁਰਮੀਤ ਸਿੰਘ ਚੌਹਾਨ IPS ਉਹ ਆਏ, ਜਿਹੜੇ ਬਹੁਤ ਹੀ ਪ੍ਰਭਾਵਿਤ ਹੋ ਕੇ ਗਏ ਆ ਕਿਉਂਕਿ ਬੱਚਿਆਂ ਦੀ ਟੇਲੈਂਟਤਾ, ਬੱਚਿਆਂ ਦੀ ਯੋਗਤਾ, ਬੱਚਿਆਂ ਨੇ ਜੋ ਐਗਜੀਬਿਸ਼ਨ ਦੇ ਵਿੱਚ ਆਪਣੀ ਯੋਗਤਾ ਦਾ ਪ੍ਰਗਟਾਵਾ ਕੀਤਾ ਗਾ ਉਹ ਬਹੁਤ ਹੀ ਵਧੀਆ ਅਤੇ ਸਰਾਹਣਯੋਗ ਕਿ ਅੱਜ ਕਾ ਹਮਾਰਾ 10ਵੇਂ ਐਨੂਅਲ ਫੰਕਸ਼ਨ ਥੇ ਉਸਮੇ ਹਮਾਰਾ ਚੀਫ ਗੈਸਟ ਦੇ ਸਰਦਾਰ ਗੁਰਮੀਤ ਸਿੰਘ ਚੌਹਾਨ IPS ਔਰ ਉਨਕੇ ਸਾਥ ਹਮਾਰਾ ਮੈਨੇਜਮੈਂਟ ਮੈਂਬਰਸ ਵੀ ਪ੍ਰੈਜੈਂਟ ਥੇ ਔਰ ਸਭੀ ਕੋ ਬਹੁਤ ਧੰਨਵਾਦ ਕਰਤਾ ਹੂੰ ਔਰ ਆਪਣੇ ਸਕੂਲ ਕੇ ਕਿਤਨੇ ਵੀ ਲੋਕ ਹਮਾਰੇ ਸਾਥ ਜੁੜੇ ਉਹ ਹਮਾਰੇ ਸਾਥ ਜੁੜੇ ਰਹੇ ਔਰ ਸਾਥ ਮੇਂ ਮੈਂ ਇਹ ਵੀ ਬੇਨਤੀ ਕਰਤਾ ਹੂੰ ਲੋਕੋਂ ਕੋ ਹਮਾਰੇ ਸਕੂਲ ਮੇਂ ਜ਼ਿਆਦਾ ਜ਼ਿਆਦਾ ਆਏ, ਸਕੂਲ ਵਿਜ਼ਿਟ ਕਰੇ ਔਰ ਆਪਣੇ ਬੱਚੋਂ ਕਾ ਐਡਮਿਸ਼ਨ ਕਰਾਏ ਔਰ ਸਾਥ ਮੇਂ ਕਿਤਨੇ ਵੀ ਫੈਸਿਲਿਟੀਜ਼ ਹੈ ਉਨਕੋ ਚਾਹੀਏ ਉਹ ਹਮੇਂ ਬਤਾ ਦੇ, ਉਸ ਹਿਸਾਬ ਸੇ ਹਮ ਆਪਣੇ ਹਿਸਾਬ ਸੇ ਸਕੂਲ ਕਾ ਪ੍ਰਤੀਕਿਰਿਆ ਸ਼ੁਰੂ ਕਰੇਂਗੇ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਗੌਰਵ ਗਰਗ ਸ਼ੇਰਪੁਰ, ਮੋਬਾਈਲ 94170-36301 ਅਤੇ 98141-36301, 94170-36301 ਅਤੇ 98141-36300।